ਲਓ ਜੀ ਬਾਈ ਡੀਲੈਕਸ ਮਾਡਲ ਏਸੀ ਕੈਬਨ ਲੱਗਿਆ ਹੋਇਆ ਆਪਣੇ ਇਹ ਸਮਝ ਲਓ ਜਿਵੇਂ ਆਪਣੇ ਬਾਹਰਲੀਆਂ ਮਸ਼ੀਨਾਂ ਦੇ ਆਪਾਂ ਦੇਖਦੇ ਹਾਂ ਨਾ ਇਹ ਉਹ ਐਡਜਸਟਬਲ ਹੈ ਇਹਦਾ ਪੈਰ ਵਾਲਾ ਆਹ ਲਾ ਲੂੰਗੇ ਸਟੇਅਰਿੰਗ ਦੇਖੋ ਕਿੱਥੇ ਚਲ ਗਿਆ ਇਹ ਆਹ ਦੇਖੋ ਕਿੰਨਾ ਪਿੱਛੇ ਆਉਂਦਾ ਮੈਂ ਕਹਿੰਦਾ ਵੀ ਚਾਹੇ ਇੱਥੇ ਬਣਾਉਣ ਜਿਹੜੇ ਜਿੱਥੇ ਜੋ ਕਰਕੇ ਬੰਦਾ ਵੀ ਚਲਾ ਸਕਦਾ ਐਂ ਦੇਖ ਲਓ ਤੁਸੀਂ ਹੈ ਨਾ ਜਿਵੇਂ ਗੋਡਿਆਂ 'ਚ ਲੈ ਕੇ ਬਾਕੀ ਉਹ ਦੂਰ ਦੇਖ ਲਓ ਕਿੰਨਾ ਚੱਲ ਜਾਂਦਾ ਆਹ ਦੇਖ ਲਓ ਬਾਕੀ ਇਹਦਾ ਐਡਜਸਟ ਸਟੇਅਰਿੰਗ ਦੀ ਐਡਜਸਟਬਲ ਤਾਂ ਅੱਗੇ ਪਿੱਛੇ ਨੂੰ ਆ ਹਜੇ ਤਾਂ ਉੱਪਰ ਥੱਲੇ ਨੂੰ ਐਡਜਸਟਬਲ ਹੈਗੀ ਇਹਦੀ ਤੁਹਾਨੂੰ ਦਿਖਾਉਗੀ ਹੁਣ ਵਿੱਚ ਤਾਂ ਆਵਾਜ਼ ਵੈਸੇ ਆਉਂ ਆਪਣੇ ਇਹਦੇ ਆਉਂਦੀ ਨਹੀਂ ਹੁਣ ਇਹਦੇ ਆਰ ਪੀ ਐਮ 851 ਹੈ ਨਾ ਇੰਨੇ ਆਰ ਪੀ ਐਮ ਆ ਹੁਣ ਆਪਾਂ ਸੁੱਚ ਦੱਬਾਂਗੇ ਇਹਦੇ ਨਾਲ ਕੋਈ ਫਰਕ ਨਹੀਂ ਪਊਗਾ ਠੀਕ ਹੈ ਜੀ ਆਹ ਹੁਣ ਵੱਧ ਗਿਆ ਚੱਕਰ ਅੱਗੇ ਲਾਉਣੀ ਸਾਰੇ ਆਪਣਾ ਕੈਮਰਾ ਚੱਲ ਪੈਣਾ ਹੈ ਨਾ ਉਹ ਦੇਖੋ ਜੀ ਚੱਲ ਪਿਆ ਕੈਮਰਾ ਮਗਰ ਮਸ਼ੀਨ ਖੜ੍ਹੀ ਆਪਣੀ ਸਾਰੀ ਦਿਖਾਤੀ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਬਾਈ ਅੱਜ ਕੰਮ ਤਾਂ ਹਜੇ ਚੱਲਿਆ ਨਹੀਂ ਅੱਜ ਫਿਰ ਥੋੜ੍ਹੀ ਜਿਹੀ ਮੀਂਹ ਦੀ ਜਿਹੜੀ ਹੈ ਨਾ ਛਿੱਟਾ ਜਿਹਾ ਦੇ ਗਿਆ ਅੱਜ ਫਿਰ ਉਹਦੇ ਕਰਕੇ ਦੋਵੇਂ ਮਸ਼ੀਨਾਂ ਖੜ੍ਹੀਆਂ ਕੋਈ ਕੰਮ ਨਹੀਂ ਕਰਿਆ ਇੱਕ ਕਿੱਲਾ ਵੀ ਨਹੀਂ ਵੱਢਿਆ ਅੱਜ ਤਾਂ ਜਿਵੇਂ ਵਿਹਲੇ ਬੈਠੇ ਹਾਂ ਬਾਕੀ ਭਜਨ ਬਾਈ ਉਹਨੇ ਤਾਂ ਚਾਰ ਦਾ ਲੋਡਿੰਗ ਲੱਗਿਆ ਹੋਇਆ ਕਾਰਨ ਬਾਕੀ ਇਹ ਮਸ਼ੀਨ ਦੇ ਨਾ ਏ ਸੀ ਵਾਲੀ ਕੈਬਨ ਦੇ ਬਹੁਤ ਫੋਨ ਆਉਂਦੇ ਤੇ ਬਾਈ ਯਾਰ ਪੂਰਾ ਰਿਵਿਊ ਕਰੋ ਇਹਦਾ ਹੈ ਨਾ ਪੂਰਾ ਰਿਵਿਊ ਕਰਨ ਦਾ ਵੀਰੇ ਸਮਾਂ ਹੈ ਨਹੀਂ ਤਾਂ ਤੁਹਾਨੂੰ ਪਤਾ ਆਉਂਦੀ ਸਾਰ ਆਪਾਂ ਨੇ ਚਲਾਤੀ ਤੀ ਹੈ ਨਾ 10-15 ਕਿੱਲੇ ਵੱਢੇ ਆ ਮਸ਼ੀਨ ਗੱਲ ਬਹੁਤ ਵਧੀਆ ਚੱਲੀ ਆ ਕੋਈ ਦਿੱਕਤ ਪੇਸ਼ੀ ਨਹੀਂ ਆਈ ਕਮੀ ਨਹੀਂ ਆਈ ਬਾਕੀ ਤੁਸੀਂ ਦੇਖੇ ਜੀ ਵੀਡੀਓ ਦੇ ਵਿੱਚ ਸਾਡੀਆਂ ਹੈ ਨਾ ਵੀ ਬੰਦਾ ਇਹਦੇ ਵਿੱਚ ਬਹਿ ਕੇ ਐਂ ਲੱਗਦਾ ਜਿਵੇਂ ਨਾ ਕੋਈ ਕਾਰ ਚਲਾਉਂਦਾ ਹੁੰਦਾ ਮਸ਼ੀਨ ਤਾਂ ਲੱਗਦਾ ਹੀ ਨਹੀਂ ਵੀ ਮਸ਼ੀਨ ਚਲਾਉਂਦਾ ਬਾਕੀ ਇਹਦਾ ਅੱਜ ਰਿਵਿਊ ਕਰਦੇ ਹਾਂ ਇਹਦੇ ਵਿੱਚ ਕੰਪਨੀ ਨੇ ਕੀ ਫਰਕ ਪਾਇਆ ਦੂਜੀਆਂ ਕੰਪਨੀਆਂ ਨਾਲ ਹੋਣਾ ਆਪਣੇ ਕੋਲ 22 ਮਾਡਲ ਵੀ ਆਪਣੇ ਕੋਲ 23 ਵੀ ਆਈ ਸੀ ਕੈਬਨ ਐਲ ਡੀਲੈਕਸ ਮਾਡਲ ਆ ਇਹ ਪਹਿਲਾਂ ਅਸੀਂ ਵੀ ਡੀਲੈਕਸ ਮਾਡਲ ਤੇ ਬਾਈ ਡਰਦੇ ਤੇ ਬਹੁਤ ਹੈ ਨਾ ਇਹਦੀ ਰੀਸੇਲ ਵੈਲਿਊ ਜਿਹੜੀ ਵੀ ਬਹੁਤ ਕਹਿਣ 'ਤੇ ਫਰਕ ਆ ਜੀ ਆਏ ਹਾਂ ਬਾਕੀ ਬਾਈ ਜੇ ਚੱਲਦੀ ਆ ਨਾ ਵਾਕਈ ਸਹੀ ਗੱਲ ਆ ਅਸੀਂ ਮੈਂ ਵੀ ਪਹਿਲਾਂ ਬਹੁਤ ਡਰਦਾ ਤਾਂ ਮੈਂ ਕਹਿੰਦਾ ਡੀਲੈਕਸ ਮਾਡਲ ਨਹੀਂ ਲੈਣੀ ਹੈਗੀ ਹੈ ਨਾ ਡੀਲੈਕਸ ਮਾਡਲ ਤੇ ਸੁਣੀ ਦਾ ਵੀ ਡੀਲੈਕਸ ਮਾਡਲ ਹਲਕੀ ਆ ਆਏ ਆ ਪਰ ਇਹਦੇ ਵਿੱਚ ਜਦ ਚਲਾ ਕੇ ਦੇਖੀ ਚੱਲੀ ਆਪਣੀ ਤੁਸੀਂ ਦੇਖਿਆ ਹੀ ਆ ਆਪਣੇ ਰੂਪੇ ਵਾਲੀ ਵੱਢ ਕੇ ਆਈ ਹਰਪ੍ਰੀਤ ਬਾਈ ਦੇ ਬਹੁਤ ਸੋਹਣੀ ਮਸ਼ੀਨ ਚੱਲੀ ਆ ਜ਼ਿਮੀਂਦਾਰਾਂ ਨੇ ਖੁਸ਼ ਕਰੇ ਨੇ ਜਿਹਦੇ ਜਿਹਦੇ ਚੱਲੀ ਆ ਨਾ ਬਾਕੀ ਤੁਹਾਨੂੰ ਪਤਾ ਵੀ ਗਿਰੀ ਹੋਈ ਦੇ ਵਿੱਚ ਤਾਂ ਬੰਦਾ ਕੋਈ ਫੋਰਮੈਨ ਡਰਾਈਵਰ ਕੁਛ ਨਹੀਂ ਕਰ ਸਕਦਾ ਅੱਜ ਇਹਦਾ ਰਿਵਿਊ ਕਰਕੇ ਤੁਹਾਨੂੰ ਦੱਸਾਂ ਕੰਪਨੀ ਦਾ ਕੀ ਇਹਦੇ ਵਿੱਚ ਨਵਾਂ ਪਾਇਆ ਹੈ ਨਾ ਕੀ ਮੰਨ ਲਓ ਪੁਰਾਣਾ ਕੀ ਸਿਸਟਮ ਅਲੱਗ ਤੋਂ ਲਾਇਆ ਸਾਰੀ ਆਪਾਂ ਗੱਲਬਾਤ ਤੁਹਾਨੂੰ ਦਿਖਾਵਾਂਗੇ ਚਲੋ ਕਰਦੇ ਹਾਂ ਫਿਰ ਹੁਣ ਵੀਡੀਓ ਸਟਾਰਟ ਅੱਜ ਤੁਹਾਨੂੰ ਰਿਵਿਊ ਕਰਕੇ ਦਿੰਦੇ ਮਸ਼ੀਨ ਦਾ ਲਓ ਜੀ ਬਾਈ ਡੀਲੈਕਸ ਮਾਡਲ ਏਸੀ ਕੈਬਨ ਲੱਗਿਆ ਹੋਇਆ ਸਭ ਤੋਂ ਪਹਿਲਾਂ ਆਪਾਂ ਫੀਟਰ ਤੋਂ ਸਟਾਰਟ ਕਰਦੇ ਹਾਂ ਇਹਦਾ ਫੀਟਰ ਆ ਜਿਹੜਾ ਤੁਹਾਨੂੰ ਚਾਰ ਚੈਨਾਂ ਦੇ ਵਿੱਚ ਮੰਨ ਲਓ ਜਿਵੇਂ 1, 2, 3, 4 ਚੈਨਾਂ ਦੇ ਵਿੱਚ ਤੁਹਾਨੂੰ ਚੈਨ ਜਿਹੜੀ ਫੀਟਰ ਚੈਨ ਮਿਲੂਗੀ ਠੀਕ ਹੈ ਜੀ ਉਹਦੇ ਬਾਅਦ ਮੋਰਨੀ ਟਾਈਪ ਇਹਦਾ ਕਟਰ ਆ ਜਿਵੇਂ ਆਪਾਂ ਨਵੇਂ ਮਾਡਲ 'ਚ ਨਾ ਗੱਡ ਚੈਨਲੀ ਜੀ ਪੈ ਕੇ ਕਟਰ ਪੈ ਜਾਂਦਾ ਉਹ ਕਟਰ ਆ ਉਹਦੇ ਬਾਅਦ ਮਕੈਨੀਕਲ ਜੈਕ ਆ ਜਿਹੜੇ ਹੈਵੀ ਜੈਕ ਆ 48 mm ਦੇ ਦੇਖ ਲਓ ਤੁਸੀਂ ਹੈ ਨਾ ਬਾਕੀ ਮਕੈਨੀਕਲ ਦੋਨੋਂ ਪਾਸੇ ਪੈਂਦੇ ਆ ਇਹਦੇ ਆਪਣਾ ਹਜੇ ਇੱਕ ਲੈ ਕੇ ਆਵਾਂਗੇ ਕੰਪਨੀ ਤੋਂ ਮਕੈਨੀਕਲ ਇਹਦੇ ਦੋਨੋਂ ਪਾਸੇ ਪੈਂਦੇ ਆ ਬਾਕੀ ਆਪਾਂ ਗੱਲ ਹੁਣ ਫੀਟਰ ਤੋਂ ਬਾਅਦ ਕਰਦੇ ਹਾਂ ਗੇਅਰ ਦੀ ਫੀਟਰ ਉਹ ਲੰਬਾਈ ਜਮਾਂ ਹੀ 19 ਆ ਫੀਟਰ ਦੀ ਕੋਈ ਫਰਕ ਨਹੀਂ ਹੈਗਾ ਇਹਦਾ 5 ਗੇਅਰ ਆ ਬਾਈ ਇਹਦੇ 5 ਸਮਝ ਲਓ ਅੱਗੇ ਵਾਲੇ 6ਵਾਂ ਬੈਕ ਤੁਸੀਂ ਸਾਰੇ ਹਿਸਾਬ ਲਾ ਲਓ ਵੀ ਆਪਾਂ ਨੂੰ ਪੁਲੀ ਚੇਂਜ ਕਰਨ ਦੀ ਲੋੜ ਨਹੀਂ ਪੈਂਦੀ ਹੈ ਨਾ ਜਿੱਥੇ ਜਿਹੜੀ ਪੁਲੀ ਕੰਪਨੀ ਨੇ ਪਾ ਕੇ ਦਿੱਤੀ ਆ ਉਹੀ ਪੁਲੀ ਚੱਲਦੀ ਆ ਉਹ 'ਚ ਭੱਜ ਲੈਂਦੀ ਆ ਬਹੁਤ ਨਹੀਂ ਅੱਗੇ ਆਪਾਂ 10 ਇੰਚੀ ਪੁਲੀਆਂ ਪਾਉਣ 'ਤੇ ਹੈ ਨਾ ਦੂਜੀਆਂ ਮਸ਼ੀਨਾਂ ਦੇ ਵਿੱਚ ਐਲ ਐਕਸ ਦੇ ਵਿੱਚ ਤਾਂ ਆਪਾਂ ਨੂੰ ਉਹ ਚੀਜ਼ ਦੀ ਲੋੜ ਨਹੀਂ ਪੈਂਦੀ ਬਾਕੀ ਰਹੀ ਗੱਲ ਇਹਦੀਆਂ ਬਾਈ 4x4 ਗੇਅਰ ਵਾਲੀ ਠੀਕ ਹੈ ਜੀ ਤਾਰ ਹੋ ਗਈ ਜਿਵੇਂ ਆਪਾਂ ਲੀਵਰ ਲਾਉਂਦੇ ਹੁੰਦੇ ਹਾਂ ਕਲੱਚ ਬ੍ਰੇਕਾਂ ਦੀ ਅਰ 4x4 ਗੇਅਰ ਦੀ ਤੁਹਾਨੂੰ ਤਾਰ ਮਿਲੂਗੀ ਕੋਈ ਰਾੜ ਨਹੀਂ ਹੈਗੀ ਇਹਦੀ ਰਾੜਾਂ ਨਾਲ ਤਾਰਾਂ ਵਿੱਚ ਗੇਅਰ ਪੈਣਗੇ ਠੀਕ ਹੈ ਜੀ ਬਾਕੀ ਇਹ ਦੇਖ ਲੈਂਦੇ ਤੇਲ 'ਚ ਬ੍ਰੇਕਾਂ ਇਹਦੀਆਂ ਆਹ ਦੇਖੋ ਡਰੰਮ ਲੱਗੇ ਤੇਲ ਦੇ ਵਿੱਚ ਬ੍ਰੇਕਾਂ ਮਿਲਣਗੀਆਂ ਠੀਕ ਹੈ ਜੀ ਤਾਰਾਂ ਤਾਂ ਤੁਹਾਨੂੰ ਦੱਸੇ ਦਿੱਤਾ ਬਾਕੀ ਜਿਹੜਾ ਇਹਦਾ ਆਪਣੇ ਏ ਸੀ ਕੈਬਨ ਦੇ ਵਿੱਚ ਤੁਹਾਨੂੰ ਇੱਕ ਚੀਜ਼ ਹੋਰ ਆ 4x4 ਆਪਾਂ ਗੇਅਰ ਕੰਪਨੀ ਤੋਂ ਲਿਆ ਬਹੁਤ ਵਧੀਆ ਫਿਟਿੰਗ ਹੈ ਜਿਹੜੀ ਇਹ ਨਾ ਕਲਰ ਵਗੈਰਾ ਜਾਂ ਛਾਪਟ ਦੇਖੋ ਐਨ ਕਵਰ ਕਰਕੇ ਪੂਰੀ ਉਹਦੇ ਵਿੱਚ ਕਵਰ ਕਰੀ ਹੋਈ ਹੈ ਚਾਦਰ ਦੇ ਪੂਰਾ ਐਨ ਸਾਈਜ਼ ਬਣਾ ਕੇ ਔਰ ਗੇਅਰ ਦਾ ਬਿਲਕੁਲ ਨਾਲ ਦਾ ਹੀ ਪਤਾ ਨਹੀਂ ਲੱਗਦਾ ਹੈਗਾ ਵੀ 1 ਸਾਲ ਦਾ ਰੰਗ ਹੋ ਜਾਂਦਾ ਬਾਈ ਕੰਪਨੀ 'ਚ ਲੱਗੇ ਤਾਂ ਫਾਇਦਾ ਹੁੰਦਾ ਆਹ ਆਪਣਾ 5-6ਵਾਂ ਗੇਅਰ ਲੱਗਿਆ ਹੋਇਆ ਉੱਪਰ ਆਹ ਦੇਖੋ ਜਿਹੜਾ ਆਪਣੇ ਅੱਗੇ ਵਾਲਾ 6ਵਾਂ 5 ਮਾਰਚ ਲਾ ਲਓ ਚਾਹੇ 6ਵਾਂ ਲਾ ਲਓ ਬਾਕੀ ਹੋਰ ਸਾਰਾ ਸੈਂਪਲੀ ਸੁੰਪਲੀ ਸੈੱਟ ਆ ਜਿਹੜਾ ਤਾਂ
LX वाला ही आ, कोई ज्यादा फर्क नहीं है। बाकी अपने जो थ्रैसर के चक्कर घट करने वाले अपन है ना, अगे ड्राइवर के कोल हों थोड़ा कैबन करके ये बाहर करना पैंता भाई, है ना भी जे कैबन की वढ़ बढ़ाई ज्यादा होगी तो फिर कूलिंग का भी फर्क पेगा। ये हम बाहर करया हो इतें भी वधिया है, कोई ज्यादा वो नहीं है भी अड़का लगता मलाई वगू घूमता। बाकी जो थ्रैसर का मीटर है यदा ये कंपनी दूजा ही लाने लग गई अपने सेंसर टाइप डीलैक्स मॉडल वो भी भाई तार है ना, जिम्मे आप तार लानी थी दूआ फिर की मीटर लाने तो कैबन बढ़ना पैना था कैबन दे देखते हुए ये चीज़ा दो तीन चीज़ा जी बदलाव करें जिमें हो गया ये हो गया है ना जी। बाकी होर सारा असैम्बली सैट का जो सेम आ कोई फर्क नहीं है, उ 54-32-15 की सैट आ पाया होया। बाकी आप हम थोनू एक पौड़ी दिखाने पौड़ी भाई अगे अपन है ना उपर कट्ठी होंगी मिलती थी उपर कट्ठी हो जाती थी। बाकी तुम यहाँ सिस्टम ला लो भी ये टायर के मूहरे ना कट्ठी होकर टायर के मूहरे चली जाती है, ये वो भी थोड़ा कट्ठी करा दें लो जी टायर के मूहरे आ गई बिल्कुल ठीक है जी। इतनी देर इधर हो जाना दिखा टायर तो इधर हम सैड पर आ जाना आ लो जी आ गई सैड पर। वो तो बाद जोड़ा ओगर आटोमैटिक आ कोई मतलब लाने की लड़ नहीं खेत है ना। बाकी जो होर सारा बलोर सिस्टम असैम्बली सारा टोटली थानू उ सेम टू सेम उ मिलेगा, बस एक पुली आ जी मान लो बड़ी मिलेगी अपन है ना 15 इंची पता 16 इंची पुली पाई हुई है। ये सारा जिहड़ा मान लो डीलैक्स मॉडल दे विच तुहानू रंग आ जिहड़ा ना ग्रे मिलेगा जिवें अपने ए ग्रे हो गया सी डी हो गई है ना, उहदे बाद अपने जैक वाला हो गया आ चिल्ड होगी लाइट अपने बैक बत्तियां उपर मिलनगियां आटोमैटिक ओगर आ भाई करतार डीलैक्स बहुत फायदा ओगर का आपां तां हुण चलाईओ है ना। चलो बाकी हुण तुहानू कैबन चो दिखा दिंदे आ भी कैबन दे विच इहदे की फंक्शन आ जिहड़े है ना भी BS4 दे इंजन विच आ भाई ये सब तो बड़ी गल तो यह आपां इक वीडियो ना BS4 इंजन दे बनावांगे वो भी बना के तुहानू दसांगे भी इहदे की सावधानियां होणगियां ना, अगले नैक्सट वीडियो उते ही कर दांगे हजे। बाकी तुसीं मशीन देखो भी लुक दस्सिओ कमेंटां दे विच किद्दां दी लगी। चलो हुण तुहानू कैबन दे विच आपां दिखाउने आ जाके भी इहदे की फीचर आ जिहड़े है ना जी आपां नूं मिलन जा रहे हैं नवें मॉडल दे विच। इतनी तो स्टार्ट कर लियो बाहर तो कैबन दे। बाकी तुम ये देख लो भी बई है ना जिहड़ा गलास टाइप कंच लगे अपने गलास बहुत ही ज्यादा सुथरा है बहुत वधिया डिजाइनिंग है। देखो ये काली पट्टी ला के है ना जिवें अपने कारा वगैरह के छोटे शीशे होंगे भी साइड क्रॉस देख लो तुम डबल उस मिलेगा तुम्हें यह सीधा बैक दिखाऊगा ये तुम्हें नेड़े टायर दिखाऊगा क्यों कैबन के पिछले दिक्कत रहती है ना कैबन आ जिहड़ा अपना ये रबड़ा के बिच कसिया हो रबड़ा ला के शौकर टाइप मतलब जिम्मे अपना कैबन मशीन रोला लगता तो यह जंपिंग करता है। बाद आटोमैटिक ओगर आ ओगर आल पछाया हो पूरा पिछे तक लंबा बहुत ऊंचाई है भाई इतने ऊंचाई है पूरी यदि जिते मान लो अपना सीढ़ी पर खड़ के भावे गड्डी ट्रक के बच्चे दाने पा सकते आराम गल कोई भी दिक्कत नहीं। हूँ आप चलते अंदर तो अंदर तो दिखा दें आ लो जी जी सब तो पहले देखो हैल्पर सीट जी बहुत वधिया तरीके गल आई हुई भी आप लीवर लाने लगे ड्राइवर को कोई दिक्कत ना आए है ना भाई ये थोनों देख के स्टेयरिंग है ना जो अपने ये समझ लो जिम्मे अपने बाहरलिया मशीन आप देखते हैं ना ये एडजस्टेबल है पैर आला ला लूंगे स्टेयरिंग देखो कितने चल गया ये आ देखो कि ना पिछे आता मैं कहना भी चाहे इतने बनाने जेड जिथे जो करके बंदा भी चला सकता है देख लो तुम है ना जमें गोडिया च लेके कि दूर देख लो कि चल जाता आ देख लो। बाकी एडजस्ट स्टेयरिंग एडजस्टेबल तो अगे पिछे नूं आ हजे तो उपर थले एडजस्टेबल हैगी दिखाउना उपरली भी जी हुण देखो स्टेयरिंग इहनू आ स्टैंड आ जिहड़ा चक के है ना लो जी स्टेयरिंग उपर चक्या गया ये तीन उंगल स्टेयरिंग जिहड़ा उपर आ गया इहदा बहुत फायदा जिवें आपां ना कई बंदे उच्चे हुंदे आ चलाउण दे विच दिक्कत ना आवे ड्राइवर नूं किसे भी टाइप दे मतलब ड्राइवर नूं फोरमैन नूं दिक्कत नहीं आऊगी इस चीज़ के बहुत वधिया जिहड़ा स्टेयरिंग तो इन्ना वधिया लग्या ना इहदा वी तुसीं गल छड्ड दो। बाकी जिहड़ियां हैडलाइटां डिप्पर डंडी हुंदी अपनी है ना
वह बहुत वधिया लगी भी इहनू इंडीकेटर वगैरह जो भी है ना सारा ये होगा हॉर्न बाकी दो एक चार इंडीकेटर चार इंच स्विच लगी हुई स्टेयरिंग के हैडलाइटा स्विच हो गई जब आप बालते हैं ना हैडलाइटा वो बाद आज हूँ आप डैशबोर्ड से आ जाइए ये बी एस फोर के थोनों एक स्क्रीन मिलेगी बस ये अपना सारा मान लो जिमें एल प्रैशर है ना हम अपने ऑन करता आ देखो इधर ये सारा कुछ जिम्मे हूँ अपने आ इंजन टपरेचर अपने गर्म वाला आ छब्बी का ठीक है जी आ अपने इंजन ऑल प्रैशर ये हले चार खड़ा है बाकी स्टार्ट हो तो कुछ उपर जाता क्यों एल एल ई डी मीटर है जो एक आ गया इंजन स्पीड ये अपने आर पी एम हो गए इंजन है ना जिम्मे आप मशीन सीजन के चलाने वो बाद थले घंटे आ गए 23 घंटे 18 मिनट मशीन चल गई पूरी अपनी बाकी हम जो AdBlue आता है ना आप यूरिया कह दें ये बी यूरिए का ऑप्शन ना देखा करो ये AdBlue का ऑप्शन आता आप दिखा भी दें देखो जी ये आँदी है बैटरी वोल्टेज 25.9 वोल्ट बी आ AdBlue लैवल AdBlue मतलब अपनी 34% इंजन के यूरिया अजे है ना जी उसके बाद आ गया अपने इंजन ऑल टैंपरेचर जिहड़ा मान लो इंजन का टैंपरेचर भी है फुल भी दसूगी वह भी बाकी आ हजे पता नहीं भी कहदा समझ नहीं लगी ये मीटर की यह लिखा है फुल लैवल ग्राउंड जब वह मतलब टैंकी होगा डीजल वाली का है ना बाकी होर तो कोई खास नहीं है बस खाली है जिदा बाकी आ मेन तो अपना आ हुंदा है ना इंजन आर पी एम उस तो बाद जो 3 लीवर अपना वर्किंग करते हैं अपने हारवेस्टिंग समय है ना चला समय मशीन जो ये भाई ये ऑगर अनलॉक लॉक ये तो मान लो अगे नपर है जिमें अपने कटर आप उपर थले करते हैं उदा ही मूहरे को करा तो ऑगर खुल जूगा पिछे न लीवर लावे तो ऑगर बंद हो जूगा उसके बाद आ गया जी सब तो बड़ी गल हूँ थोड़ा दस दें भी रेस जो एक्सीलेटर ये इंजन के एक्सीलेटर हथ वाला नहीं मिलेगा सिर्फ एक पैर वाला एक्सीलेटर मिलेगा लग्या हुआ इनू आप बहुत नॉर्मल एक्सीलेटर बिल्कुल जमी पता ही नहीं बिल लगता है माड़ा जहा दबे तो 1000-1200 चक्कर भज जन्ने बाकी हूँ ये 3 स्विचा है जो आप मान लो रोड से चलानी तो हम रोड से चलन जो होगा मशीन उधर फंक्शन हो तो आप रोड से चलानी तो समझ लो ये अपने दब कर ये रेस आनी है जो आप रोड से चलाने ठीक है जी जो आप खिंच जाना है तो अपन ये स्विच दब के जी ऑप्शन ये बटन आ जाएगी वो पावर फिर पैर वाली रेस है जी कम करना छड़ दूगी ये बटन एक बार दब देंगे ना सेंटर वाले पैर वाली रेस अपना काम छड़ दूगी उसके बाद यू तो चक्कर हो गए डाउन ए तो हो गए अप बस यदा यही सिस्टम है जिमें हूँ इन्होंने अपने काम ले लिया मतलब खेच इन्हों से लेना है रोड तो अपने पैर वाली तो लेना है ठीक है जी बाकी तुम्हें स्टार्ट करके भी दिखा दिना भी वादे घटते हैं है ना लो जी अपनी गड्डी स्टार्ट होगी हूँ बिच तो आवाज वैसे आओ अपनी ये आई नहीं हूँ ये आर पी एम 851-5551 है ना इन्ने आर पी एम हूँ आप स्विच दबागे ये कोई फर्क नहीं पड़ेगा ठीक है जी आ हम बद गए चक्कर 900-1000 चक्कर हो गया आ देखो थोड़े सामने चक्कर बद ही स्विच दबदा ये वह देखो 1100 ठीक है जी 1300 देखो एक ना चक्कर बदनी है ये स्विच तो ये चक्कर जो कंट्रोल होने आप दब के रखा तो पिछले चक्कर मुड़े होने एक लखत मुड़े होने पर नेड़े जाके जिते आप चलानी है उत्त बटन का थोड़ी सैट करनी पैंती है बाकी जी हूँ ये स्विच आ हम अपनी पैर वाली रेत है ना हथ वाले अटैच हुई हुई है ये बिल्कुल कम नहीं करना हूँ डाउन ठीक है जी ये आह स्विच आप हूँ आए दबती हूँ पैर वाली रेत कम कर लग गई हाँ जी हम पैर वाली रेस काम करती है जो नवे बी एस फोर के ना एक वीडियो करा भी अगली वीडियो करा बाकी हम टैंपरेचर देखो थोड़ा चेंज हो गया हूँ 29 का हो गया भाई लाओ जी 26 का इंजन टैंपरेचर तो 29 का हो गया देख लो तीन बाकी ये 3 बटन का यही आ चक्कर बधाने चक्कर घटाने ये अपना एक्स रेस सिलेक्ट करनी अपने भी हाथ इन्हों से कम लेना या पैर वाली रेस से लेना है ना बाकी मोबाइल चार्जर आ गया बहुत वधिया जिवें आपां अगे चार्जर की लोड़ पैंदी आपां नूं ना इहदे विच सिद्धी डाटा केबल आपां ला के चार्ज फोन चार्ज कर सकते हैं उहदे बाद लाइट सिस्टम आ गया आ लाइट होगी मतलब जिहड़ी अपणी पिछे लाइटां लगियां सारियां वह इत्थे ते जगणी है बाकी जिहड़े इहदे कैबन दियां लाइटां
ਉਹਨਾਂ ਵਾਸਤੇ ਸੁੱਚ ਅਲੱਗ ਲੱਗੀ ਹੋਈ ਆ, ਲੱਗੀ ਹੋਈ ਆ ਇਹ ਆਹ ਲੱਗੀ ਹੋਈ ਆ, ਸਾਰੀਆਂ ਸੁੱਚਾਂ ਲੱਗੀਆਂ ਹੋਈਆਂ ਹੈ ਨਾ। ਕੋਈ ਵੀ ਲਾਈਟ ਆਪਾਂ ਕੈਬਨ ਦੇ ਮੂਹਰੇ ਅੱਗੇ ਵਾਲੀ ਲਾਈਟਾਂ ਬਾਲਣੀਆਂ। ਉਹ ਤੋਂ ਬਾਅਦ ਆ ਗਈ ਜੀ LED, ਦੇਖੋ ਕਿੰਨੀ ਕੁਆਲਿਟੀ ਦੀ LED ਆ। ਕੈਮਰਾ ਇਹਦੇ ਪਿੱਛੇ ਲੱਗਿਆ ਹੋਇਆ, ਉਹ ਵੀ ਤੁਹਾਨੂੰ ਚਲਾ ਕੇ ਦਿਖਾ ਦਿੰਦੇ। ਆਪਾਂ ਬੈਗ ਇਹ ਲਾਉਣੀ ਸਾਰੇ ਆਪਣਾ ਕੈਮਰਾ ਚੱਲ ਪੈਣਾ ਹੈ ਨਾ। ਉਹ ਦੇਖੋ ਜੀ ਚੱਲ ਪਿਆ ਕੈਮਰਾ, ਮਗਰ ਮਸ਼ੀਨ ਖੜੀ ਆ ਆਪਣੀ, ਸਾਰੀ ਦਿਖਾਤੀ ਹੁਣ ਆ ਲਓ ਜੀ, ਮਗਰ ਆਪਣੀ ਕੰਬਾਈਨ ਖੜੀ ਆ। ਅਤੇ ਆ ਲਓ ਜੀ ਆਪਾਂ ਨੂਡਲ ਕਰਤਾ, ਕੈਮਰਾ ਆਪਣਾ ਬੰਦ ਹੋ ਗਿਆ। ਉਹ ਤੋਂ ਬਾਅਦ ਆ ਗਿਆ AC ਸਿਸਟਮ, ਜਿਹੜਾ AC ਹੈ ਨਾ ਆਪਾਂ ਨੂੰ ਦਿੱਤਾ ਹੈ ਕੰਪਨੀ ਨੇ ਕੈਬਨ ਦੇ ਵਿੱਚ। ਇਹਦੇ ਦੋ ਚਾਰ ਛੇ ਸੱਤ ਤਾਂ ਬਾਈ ਜੀ ਬਲੋਰ ਲੱਗੇ ਹੋਏ ਆ, ਜਿਹੜੇ ਹਵਾ ਠੰਡ ਮਾਰਦੇ ਆ ਬਾਹਰ। ਉਹ ਤੋਂ ਬਾਅਦ ਦੋ ਬਲੋਰ ਆਹ ਲੱਗੇ ਹੋਏ ਸ਼ੀਸ਼ੇ ਪਰ, ਵੀ ਗਲਾਸ ਉੱਪਰ ਜਿਵੇਂ ਆਪਣੀ ਭਾਫ ਜੀ ਹੈ ਨਾ, ਧੁੰਦ 'ਚ ਠੰਡ 'ਚ ਮੈਨੂੰ ਆਪਣਾ ਸ਼ੀਸ਼ਿਆਂ 'ਤੇ ਹੋ ਜਾਂਦਾ ਗੱਡੀਆਂ ਦੇ ਵਿੱਚ। ਉਹ ਸਿਸਟਮ 'ਤੇ ਦੇਖਦੇ ਉਹਨਾਂ ਨੇ ਪਹਿਲੀ ਆਪਣੀ ਜਿਹੜੀ ਜਾਲੀਆਂ ਇੱਧਰ ਲਾਤੀਆਂ ਦੋ। ਉਹ ਤੋਂ ਬਾਅਦ ਜਿਹੜੀ ਇਹ ਤਾਂ ਆਪਣੀ ਆਹ ਸੁੱਚਾ, ਇਹਦੇ ਤਾਂ ਆਪਣੇ ਚੱਲਣੇ ਆ ਪੱਖੇ, ਠੀਕ ਹੈ ਜੀ, ਜਿਵੇਂ ਆਪਾਂ ਬਲੋਰ ਕਹਿੰਦੇ 1 ਨੰਬਰ 2 ਨੰਬਰ 3 ਨੰਬਰ ਹੈ ਨਾ ਜੀ। ਇਹ ਤੋਂ ਵਧਣੀ ਆ ਬਾਈ ਜੀ ਕੂਲਿੰਗ, ਜਿੰਨੀ ਆਪਾਂ ਕੂਲਿੰਗ ਕਰ ਦਾਂਗੇ। ਆਹ ਤੁਹਾਡੇ ਸਾਹਮਣੇ AC ਚਾਲੂ ਹੋ ਗਿਆ ਹੁਣ, ਹਾਲੇ ਤਾਂ ਚਲੋ ਬੰਦ ਆ। ਇਹ ਇੱਥੇ ਤਾਂ ਆਪਣੀ ਕੂਲਿੰਗ ਵਧਣੀ ਆ, ਜਿੰਨੀ ਕੁ ਆਪਾਂ ਕੂਲਿੰਗ ਰੱਖਣੀ ਆ। ਕੂਲਿੰਗ ਬਹੁਤ ਜ਼ਿਆਦਾ ਆ ਬਾਈ, ਠੰਡਾ ਕਰਦੇ, ਠੰਡ ਲੱਗਣ ਲੱਗ ਜਾਂਦਾ। ਉਹ ਤੋਂ ਬਾਅਦ ਛੋਟੀ ਜਿਹੀ ਲਾਈਟ ਆ ਜਿਹੜੀ ਹੈ ਨਾ, ਇਹ ਆਪਾਂ ਨੂੰ ਮੰਨ ਲਓ ਜਿਵੇਂ ਆਪਾਂ ਕੋਈ AC ਦੇ ਹੈ ਨਾ ਹਨੇਰੇ 'ਚ ਬੈਠੇ ਹਾਂ, ਉਹਦੇ ਵਾਸਤੇ ਛੋਟੀ ਜਿਹੀ ਇੱਕ ਲਾਈਟ ਲਾਈ ਹੋਈ ਆ। ਵੀ ਜਿਵੇਂ ਆਪਣੇ ਇਹ ਬਟਨਾਂ ਤੋਂ ਆਪਾਂ ਕੰਮ ਲੈਣਾ ਨਾ ਹਨੇਰੇ ਦੇ ਵਿੱਚ ਪਤਾ ਨਹੀਂ ਲੱਗਦਾ, ਤਾਂ ਇਹ ਛੋਟੀ ਜਿਹੀ ਬਲਬ ਆ ਜਿਹੜਾ ਆਪਾਂ ਨੂੰ ਦਿੱਤਾ ਜਾ ਰਿਹਾ ਕੰਪਨੀ ਵੱਲੋਂ ਹੀ। ਬਾਕੀ ਆਪਣੇ ਕਾਗਜ਼ ਪੱਤਰ ਜੋ ਵੀ ਹੈ ਨਾ, ਮੇਨ ਆਪਣੀ ਮੰਨ ਲਓ ਕੋਈ ਚੀਜ਼ ਵਗੈਰਾ ਕਾਗਜ਼ ਪੱਤਰ ਰੱਖਣੇ ਆਪਾਂ ਬਾਹਰ ਜਾਣਾ ਕਿਤੇ, ਉਹਦੇ ਵਾਸਤੇ ਇੱਕ ਟੂਲ ਬਾਕਸ ਆ ਛੋਟਾ ਜਿਹਾ ਬਹੁਤ ਸੋਹਣਾ। ਉਹਦੇ ਬਾਅਦ ਆਪਾਂ ਨੂੰ ਵੈਂਪਰ ਆ, ਜਿਹੜੇ ਪਾਣੀ ਮੀਂਹ ਬਾਰਿਸ਼ ਦੇ ਵਿੱਚ ਆਪਾਂ ਨੂੰ ਕੰਮ ਦੇਣਗੇ ਹੈ ਨਾ, ਉਹ ਕੰਪਨੀ ਵੱਲ ਤੇ ਕੈਬਨ ਦੇ ਮੂਹਰੇ ਲੱਗਿਆ ਹੋਇਆ ਮਿਲੂਗਾ। ਬਾਕੀ ਕਲੱਚ ਬ੍ਰੇਕ ਸਿੰਗਲ ਬ੍ਰੇਕ ਆ, ਆਪਾਂ ਇੱਕ ਬ੍ਰੇਕ ਖੋਲ੍ਹ ਕੇ ਵੀ ਦੱਬ ਸਕਦੇ ਹਾਂ। ਬਹੁਤ ਵਧੀਆ ਪੈਡਲ ਆ ਜਿਹੜੇ ਲੱਗੇ ਹੋਏ ਹੈ ਨਾ ਬਾਕੀ ਇਹਨਾਂ ਨੂੰ। ਉਹਦੇ ਬਾਅਦ ਸਿੰਗਲ ਲੀਵਰ ਗੇਅਰ ਆ, ਕੋਈ ਐਂ ਨਹੀਂ ਹੈਗਾ ਵੀ ਛੇ, ਜਿਵੇਂ 6 ਗੇਅਰ ਆ ਇਹਦੇ ਕੰਬਾਈਨ ਦੇ, ਦੇਖੋ 6 ਗੇਅਰ, ਪਹਿਲਾਂ ਉੱਤੇ ਬੈਕ, ਦੂ ਥੱਲੇ 1 ਨੰਬਰ 2 ਨੰਬਰ 3 ਨੰਬਰ 4 ਨੰਬਰ 5 ਨੰਬਰ, 6ਵਾਂ ਮੰਨ ਲਓ ਬੈਕ ਗੇਅਰ ਆ। ਬਾਕੀ ਸਪੀਕਰ, ਮਿਊਜ਼ਿਕ ਸਿਸਟਮ, ਆਪਣੇ ਲਾਈਟ ਆ, ਵਿੱਚ ਇੱਕ ਲਾਈਟ ਮਿਲੂਗੀ ਹੈ ਨਾ। ਉਹਦੇ ਬਾਅਦ ਸ਼ੀਸ਼ਾ, ਮੰਨ ਲਓ ਪਿੱਛੇ ਦੇਖਣ ਵਾਸਤੇ ਆਪਾਂ ਨੂੰ ਵਿੰਡੋ ਹੈ ਨਾ, ਟੈਂਕ ਵਗੈਰਾ, ਹੋਰ ਦੇਖੋ ਟੈਂਕ ਦੇ ਵੀ ਲੱਗਿਆ ਹੋਇਆ ਸ਼ੀਸ਼ਾ, ਆਪਣੇ ਇਹਨੂੰ ਕਮੈਨ ਕੈਬਨ ਨੂੰ ਵੀ ਲੱਗਿਆ ਹੋਇਆ। ਬਹੁਤ ਵਧੀਆ, ਜਾਣੀ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਬਾਈ ਚਲਾਉਣ ਸਮੇਂ। ਬਾਕੀ ਸੀਟ ਬਹੁਤ ਸੋਹਣੀ ਆ, JCB ਵਾਲੀ ਸੀਟ ਆ, ਜਿਵੇਂ JCB ਦੀ ਹੁੰਦੀ ਆ, ਬਹੁਤ ਵਧੀਆ। ਉਹਦੇ ਬਾਅਦ ਲੀਵਰ ਦੇਖ ਲਓ, ਜਿਵੇਂ ਲੀਵਰਾਂ ਨੂੰ ਆਪਾਂ ਦੇਖਦੇ ਹਾਂ ਨਾ, ਕੂਲਿੰਗ ਨੂੰ ਦੇਖਦੇ ਹੋ ਕਿੰਨੀ ਵਧੀਆ ਰਬੜਾਂ ਲਾ ਕੇ ਬਿਲਕੁਲ ਕਵਰ ਕੀਤਾ ਗਿਆ। ਵੀ ਮੰਨ ਲਓ ਲੀਵਰ ਜੇ ਆਪਾਂ ਕੰਮ ਦੱਬਦਾ ਦੇ ਲਓ, ਲੀਵਰ ਲੰਘਿਆ ਬਿਲਕੁਲ ਰਬੜ ਨਾਲ ਜੁੜ ਜਾਂਦੀ ਹੈ, ਜਦੇ ਕੋਈ ਵੀ ਦਿੱਕਤ ਸਮੱਸਿਆ ਨਹੀਂ ਆਉਂਦੀ। ਕੂਲਿੰਗ ਤਾਂ ਬਾਈ ਬਹੁਤ ਜ਼ਿਆਦਾ ਹੈ ਜੀ, ਤੁਸੀਂ ਗੱਲ ਛੱਡ ਦਿਓ। ਚਲੋ ਹੁਣ ਤੁਹਾਨੂੰ ਇਹ ਆਪਣੇ ਫੋਨ ਚਾਰਜ ਲਾ ਕੇ ਰੱਖਣ ਨੂੰ, ਮੋਬਾਇਲ ਰੱਖਣ ਨੂੰ ਬਣਾਇਆ ਹੋਇਆ, ਸਟੈਂਡ ਲਾ ਕੇ ਦਿੱਤਾ ਹੋਇਆ। ਬਾਕੀ ਹੁਣ ਆਪਾਂ ਤੁਹਾਨੂੰ ਬਾਹਰ ਤੋਂ ਦਿਖਾ ਦਿੰਦੇ ਹਾਂ ਹੋਰ ਵੀ ਇਹਦੀਆਂ ਕੀ ਖਾਸੀਅਤ ਆ ਨਾ। ਆਹ ਤਾਂ ਘਾਹ ਵੈਸੇ ਆਪਾਂ ਨਹੀਂ ਲਾਇਆ, ਵੀ ਜਿਹੜਾ ਬੰਦਾ ਚੜੂਗਾ ਤਾਂ ਪੈਰ ਰੱਖ ਕੇ ਚੜੂਗਾ ਹੈ ਨਾ। ਬਾਕੀ ਇਹਦੇ ਵਿੱਚ ਸਿਸਟਮ ਇੱਕ ਟੈਂਕ ਭਰਨੇ ਤੋਂ ਨਾ, ਉਹ ਵੀ ਤੁਹਾਨੂੰ ਦਵਾਂਗੇ ਕਿਸੇ ਦਾ, ਜਿਵੇਂ ਟੈਂਕ ਭਰਦਾ, ਟੈਂਕ ਭਰਨੇ ਤੋਂ ਬਾਅਦ ਇਹ ਅਲਾਰਮ ਮਾਰਦੀ ਆ। BS4 ਇੰਜਣ ਤਾਂ ਤੁਸੀਂ ਦੇਖਿਆ ਹੀ ਆ ਪਹਿਲਾਂ ਨਾ, ਉਹ AC ਵਾਲਾ ਸਿਸਟਮ ਆ ਜਿਹੜਾ, ਇਹਦਾ ਕਨੈਸਰ, ਉਹ AC ਵਾਲੇ ਕਨੈਸਰ ਹੁੰਦੇ ਜਿਹੜੇ, ਉਹ ਲੱਗੇ ਹੋਏ ਦੋ ਪੱਖੇ। ਇਹਦਾ ਆਊਗਰ ਹੋ ਗਿਆ, ਚਿੱਟੀ ਫਾਈਬਰ ਹੋ ਗਈ ਹੈ ਨਾ ਜੀ। ਬਾਕੀ ਹੁਣ ਤੁਹਾਨੂੰ ਥੱਲੇ 'ਤੇ ਦਿਖਾਉਂਦੇ ਚੱਲ ਕੇ। ਹੁਣ ਆਪਾਂ ਹੇਠਾਂ ਆ ਗਏ ਬਾਈ, ਹੇਠਾਂ ਉੱਪਰ ਦਾ ਇਹਦੇ BS4 ਇੰਜਣ ਆ ਨਾ, ਤੁਹਾਨੂੰ ਮੈਂ ਦਿਖਾਇਆ ਹੀ ਆ। ਬਾਕੀ ਜਿਹੜੇ ਸੀਪਾਂ ਝਰਨੇ ਆ ਨਾ, ਇਹਨਾਂ ਵਿੱਚ ਵੀ ਕੋਈ ਜ਼ਿਆਦਾ ਫਰਕ ਨਹੀਂ ਹੈਗਾ, ਵਿੱਚ ਵੀ ਜ਼ਿਆਦਾ ਕੋਈ ਫਰਕ ਨਹੀਂ ਹੈਗਾ। ਦੂਜੀ ਮਸ਼ੀਨ ਦੇ ਵੀ 61 ਇੰਚੀ ਜਿਹੜੀ ਸੀਪ ਦੀ ਬੜੀ ਦੀ ਲੰਬਾਈ ਆ, ਉਹ ਵੀ 61 ਇੰਚੀ ਆ, 48 ਇੰਚ ਉਹ ਤਾਂ ਸਾਨੂੰ ਪਤਾ ਹੀ ਹੈ ਨਾ। ਬਾਕੀ ਪਿੱਛੇ ਵਾਲੀ ਸੀਪ ਵੀ ਸੇਮ 19-28 ਇੰਚੀ ਆ, ਕੋਈ ਜ਼ਿਆਦਾ ਫਰਕ ਨਹੀਂ ਹੈਗਾ, ਕੋਈ ਮਾੜਾ ਮੋਟਾ ਵੀ ਫਰਕ ਨਹੀਂ, ਜਮਾਂ ਸੇਮ ਟੂ ਸੇਮ ਉਹੀ ਚੀਜ਼ ਆ। ਬਾਕੀ ਆਹ ਸਿਸਟਮ ਆ ਜਿਹੜਾ ਇਹਦੇ ਵਿੱਚ ਹੈ ਨਾ ਵਧੀਆ ਲੱਗਿਆ, ਇਹ ਜਿਵੇਂ ਆਪਣੇ ਸੀਪ ਨੂੰ ਲੌਕ ਲਾਉਣਾ ਹੁੰਦਾ ਆਪਾਂ ਪਿੰਨਾਂ ਪਾਉਂਦੇ ਹੁੰਦੇ ਹਾਂ, ਇਹਨਾਂ ਨੇ ਬਾਈ ਵਧੀਆ ਪੱਤੀ ਲਾ ਕੇ ਆਇਆ, ਦੇਖੋ ਲਾ ਤੇ ਜਾਂਦੇ ਸਟਾਪ ਕਰ, ਇਹ ਵੀ ਉਹੀ ਆ। ਬਾਕੀ ਥੋੜ੍ਹੀ ਜਿਹੀ ਮਸ਼ੀਨ ਬਾਈ ਜਿਹੜੀ ਉੱਚੀ ਹੋ ਗਈ, ਤੁਸੀਂ ਆਪੇ ਹਿਸਾਬ ਲਾ ਲਓ ਵੀ ਅੱਗੇ ਪੂੰਛ ਆਪਣੀ ਇੱਥੇ ਤੱਕ ਹੁੰਦੀ, ਥੱਲੇ ਤੱਕ, ਹੁਣ ਇੱਥੇ ਤੇ ਪੂੰਛ ਚੱਕ ਕੇ SMS ਕਰਕੇ ਇੰਨੀ ਉੱਚੀ ਪੂੰਛ ਹੋ ਗਈ। LED ਲਾਈਟਾਂ ਵਿੱਚ ਲੱਗੀਆਂ ਹੋਈਆਂ ਹੈ ਨਾ। ਉਹਦੇ ਬਾਅਦ ਆਪਾਂ ਨੂੰ ਜਿਹੜਾ ਬੈਕ ਕੈਮਰਾ ਉਹ ਵੀ ਉਹ ਲੱਗਿਆ ਹੋਇਆ, ਦੇਖਦੇ ਹੋ ਤੁਸੀਂ ਕੈਮਰਾ ਲੱਗਿਆ ਹੋਇਆ ਮਸ਼ੀਨ 'ਤੇ ਬੈਕ, ਜਿਵੇਂ ਮੰਨ ਲਓ ਆਪਾਂ ਬੈਕ ਕਰਦਾ ਡਰਾਈਵਰ ਹੈ ਨਾ, ਕੈਬਨ ਦੇ ਵਿੱਚ ਤਾਂ ਕੋਈ ਦਿਖਦਾ ਨਹੀਂ। ਬਾਕੀ 4x4 ਹਿੱਸਾ ਲੱਗਿਆ ਹੋਇਆ ਇਹਨੂੰ,
पौड़ी जी थोड़ी जी दो तीन फुट जो फोल्डिंग होंगे ये तां करके 4x4 टायर लग जाने यार उन्होंने लाल लग जाती है पहली कंपनी ने अपना पौड़ी जो तीन दो तीन फुट चकते करते बाकी सिंगल जैक लगे इन यदि कटाई तुम देखी हो अपनी दूजी मशीन से ना मैं कहना भी गले कुछ होर आ बाकी मोरनिया देखो कि हैवी लाती स्टिपनी ये आप अपनी लग तो ली है ना बाकी यूरिया सिस्टम आ गया जिम्मे आप यूरी है ना मगलैल कड़ते हैं तो मगलैल वाला आह पैप हो गया यूरी क्ढन वास्ते आह पैप हो गया मतलब यूरी बाहर क्ढना बाकी होर तो भाई सारा घूम के आप फिर उ आ गए है ना बलोर लग्या भी चलो फिर भी वैसे ड्राइवर पर तो करता पैंता नहीं भी चलो गिलास आ जो अपना बचा रहे ये कोई दिक्कत समस्या ना आए बाकी सारिया लाइटा जिन्या भी तो एल ई डी लाइटा है और देखो एल ई डी लाइटा लगिया हुई कैबन च लगिया हुई आह लगिया हुई हैं बहुत ज्यादा इन्हों का वधिया जिहड़ा जल्टा लाइटा का बहुत वधिया चलो ठीक है जी अज की साड़ी वीडियो इतने तक दी हूँ मिलेंगे किसी अगली वीडियो साड़ी वीडियो देखने लिए सारे का बहुत बहुत धन्यवाद जी।